ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ, ਮੈਂ ਸੁਰਿੰਦਰ ਕੰਬੋਜ। ਬੀਤੇ ਦਿਨੀ ਇੱਕ ਐਨਕਾਊਂਟਰ ਹੁੰਦਾ ਆਬਾਦਪੁਰੇ ਵਿੱਚ। ਦੋ ਤੋਂ ਦੋ ਦੋ ਚਾਰ ਜਣੇ ਉੱਥੇ ਗ੍ਰਿਫਤਾਰ ਕੀਤੇ ਜਾਂਦੇ, ਦੋ ਜਣੇ ਪਹਿਲਾਂ ਗ੍ਰਿਫਤਾਰ ਕੀਤੇ ਜਾਂਦੇ ਨੇ, ਦੋ ਜਣੇ ਬਾਅਦ ਵਿੱਚ ਗ੍ਰਿਫਤਾਰ ਹੋਏ ਹੁੰਦੇ ਨੇ। ਕੀ ਕਹਾਣੀ ਹੈ, ਕੀ ਉੱਥੇ ਪਲੈਨਿੰਗ ਕੀਤੀ ਜਾ ਰਹੀ ਸੀ? ਮੇਰੇ ਨਾਲ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਹੈਗੇ ਨੇ। ਸਰ, ਚਾਰ ਜਣੇ ਆਬਾਦਪੁਰੇ ਗ੍ਰਿਫਤਾਰ ਕੀਤੇ ਜਾਂਦੇ, ਦੋ ਜਣੇ ਫੋਰਿੰਗ ਉੱਥੇ ਗ੍ਰਿਫਤਾਰ ਕੀਤੇ, ਦੋ ਜਣੇ ਭੱਜ ਜਾਂਦੇ ਨੇ, ਉਹਨਾਂ ਨੂੰ ਦੁਬਾਰਾ ਗ੍ਰਿਫਤਾਰ ਕੀਤਾ ਜਾਂਦਾ। ਕੀ ਪਲੈਨਿੰਗ ਸੀ ਇਹਨਾਂ ਦੀ? ਮਾਰੂ ਹਥਿਆਰ ਕਿੰਨੇ ਹੈਗੇ, ਕਿੰਨਾ ਗੋਲੀ ਸਿੱਕਾ ਹੈਗਾ? ਇਹ ਚਾਰ ਵਿਅਕਤੀ ਹੈ ਜੀ, ਇਹਨਾਂ ਵਿੱਚੋਂ ਇੱਕ ਜਿਹੜਾ ਚਿੰਟੂ ਹੈ, ਇਹ ਤਾਂ ਕਾਫੀ ਵਾਂਟਡ ਗੈਂਗਸਟਰ ਸੀਗਾ। ਇਹ ਇਨਵੋਲਵ ਸੀਗਾ ਸਾਡੇ ਇੱਕ ਥਾਣੇਦਾਰ ਸਾਹਿਬ ਦੀ ਕਤਲ ਹੋਇਆ ਸੀਗਾ ਹਵੇਲੀ 'ਚ, ਹਵੇਲੀ ਦੇ ਅੱਗੇ 2013 'ਚ, ਉਹਦੇ 'ਚ ਇਨਵੋਲਵ ਸੀਗਾ। ਨਾਲ ਇਹਦੇ ਤਿੰਨ ਹੋਰ ਵਿਅਕਤੀ ਹੈ ਜਿਹੜੇ ਇਹਦੇ ਗੈਂਗ ਮੈਂਬਰਸ ਹੈ, ਅਤੇ ਇਹ ਚਾਰੋਂ ਵਿਅਕਤੀ ਜਿਹੜੇ ਹੈ ਓਰਿਜਿਨਲ ਐਫੀਲੇਸ਼ਨ ਜਿਹੜੀ ਇਹਨਾਂ ਦੀ ਸੀਗੀ ਗੌਂਡਰ ਅਤੇ ਪ੍ਰੇਮਾ ਲਾਹੌਰੀਆ ਦੇ ਨਾਲ ਸੀਗੀ। ਪ੍ਰੇਮਾ ਲਾਹੌਰੀਆ ਜਲੰਧਰ ਦਾ ਰਹਿਣ ਵਾਲਾ ਸੀਗਾ, ਅਤੇ 34 ਪਰਚੇ ਦਰਜ ਹੈ ਇਹਨਾਂ 'ਤੇ, ਆਲਮੋਸਟ ਆਲ ਹੀਨੀਅਸ ਕ੍ਰਾਈਮ ਦੇ ਪਰਚੇ, ਜਿਹਦੇ ਵਿੱਚ ਮਰਡਰ, ਅਟੈਂਪਟ ਟੂ ਮਰਡਰ ਹੈ, ਹਾਈਵੇ ਡਿਕੋਇਟੀ ਹੈ, ਆਰਮਡ ਰੋਬਰੀ, ਐਕਸਟ੍ਰੋਸ਼ਨ, ਅਤੇ 6 ਵੈਪਨਸ, ਕੰਟਰੀ ਮੇਡ ਵੈਪਨਸ, 32 ਬੋਰ ਅਤੇ ਪਿਸਟਲ ਬਰਾਮਦ ਹੋਏ ਹੈ, ਜਿਹਦੇ ਨਾਲ ਉਹਨੂੰ ਫੜਨ, ਘੇਰਾ ਪਾ ਕੇ ਫੜਨ ਦੀ ਕੋਸ਼ਿਸ਼ ਕੀਤੀ, ਅਤੇ ਇਹਨਾਂ ਨੇ ਫਾਇਰਿੰਗ ਵੀ ਕੀਤੀ ਹੈ। ਇੱਕ ਵਿਅਕਤੀ ਜਿਹੜਾ ਹੈ ਉਹ ਭੱਜਦੇ ਭੱਜਦੇ ਉਹਦੀ ਲੱਤਾਂ ਟੁੱਟ ਗਈਆਂ, ਉਹ ਹੋਸਪਿਟਲ 'ਚ ਐਡਮਿਟ ਹੈ। ਅਤੇ ਇੰਪੋਰਟੈਂਟ ਗੱਲ ਇਹ ਕਿ ਇਹ ਰੈਕੀ ਕਰ ਚੁੱਕੇ ਸੀਗੇ ਦੋ ਵਿਅਕਤੀਆਂ ਨੂੰ, ਇਹਨਾਂ ਨੇ ਇਲੈਮੀਨੇਟ ਕਰਨਾ ਸੀ, ਅਤੇ ਇਹਨਾਂ ਦੀ ਗ੍ਰਿਫਤਾਰੀ ਤੋਂ ਉਹ ਚੀਜ਼ ਜਿਹੜੀ ਉਹ ਰੁਕ ਗਈ ਹੈ, ਉਹ ਬਚਾਅ ਹੋ ਗਿਆ। ਇਹ ਸਾਜਨ ਦੇ ਘਰ ਦੇ ਵਿੱਚ ਠਹਿਰੇ ਸੀ, ਇਹ ਵੀ ਕਿਤੇ ਨਾ ਕਿਤੇ ਕ੍ਰਾਈਮ ਹੀ ਹੈਗਾ ਵਾ। ਔਰ ਪਰਟੀਕੁਲਰ ਚਾਰ ਜਾਣੇ ਹੈਗੇ ਆ ਜਾਂ ਹੋਰ ਗੈਂਗ ਗੈਂਗ ਹੈ? ਨਹੀਂ ਨਹੀਂ, ਇਹਨਾਂ ਦੇ ਨਾਲ ਹੋਰ ਨਹੀਂ ਹੈ, ਜਿਵੇਂ ਜਿਵੇਂ ਇਨਵੈਸਟੀਗੇਸ਼ਨ ਅੱਗੇ ਵਧੂਗੀ ਤੁਹਾਨੂੰ ਦੱਸ ਦਿੱਤਾ। ਠੀਕ ਹੈ, ਧੰਨਵਾਦ ਦੈਨਿਕ ਸਵੇਰਾ ਟੀਵੀ ਨਾਲ ਗੱਲਬਾਤ ਕਰਨ ਲਈ। ਤਾਂ ਮੋਰੀ ਸਪੈਂਡਲੀ, ਜਿਹੜੀ ਇਹ ਸਾਹਮਣੇ ਜਿਹੜੀ ਗੱਲਬਾਤ ਆਈ ਆ ਕਿ ਚਾਰ ਜਣੇ ਹੈਗੇ ਨੇ ਜਿਹੜੀ ਜਿਨ੍ਹਾਂ ਨੇ ਜਿਹੜੇ ਗ੍ਰਿਫਤਾਰ ਕੀਤੇ ਗਏ ਨੇ, ਔਰ ਕਿੰਨੇ ਹੋਰ ਜਣੇ ਇਸ ਗੈਂਗ ਨਾਲ ਸੰਬੰਧਿਤ, ਕਿਉਂਕਿ ਪ੍ਰੇਮਾ ਲਾਹੌਰੀਆ ਅਤੇ ਵਿੱਕੀ ਗੌਂਡਰ ਦਾ ਗੈਂਗ ਹੀ ਓਪਰੇਟ ਕਰਦੇ ਹੋਏ ਇਸ ਵੇਲੇ ਨਜ਼ਰ ਆਏ, ਜੋ ਪੁਲਿਸ ਕਮਿਸ਼ਨਰ ਹੋਣਾ ਨੇ ਦੱਸਿਆ। ਔਰ ਅੱਗੇ ਹੋਰ ਕਿੰਨੇ ਗ੍ਰਿਫਤਾਰ ਹੁੰਦੇ ਆਉਣ ਵਾਲਾ ਸਮਾਂ ਦੱਸੇਗਾ। ਕੈਮਰਾਮੈਨ ਸੁਖਿੰਦਰ ਨਾਲ ਸੁਰਿੰਦਰ ਕੰਬੋਜ, ਦੈਨਿਕ ਸਵੇਰਾ ਟੀਵੀ, ਜਲੰਧਰ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਅਤੇ ਮੈਂ ਸੁਰਿੰਦਰ ਕੰਬੋਜ। ਬੀਤੇ ਦਿਨੀ ਇੱਕ ਐਨਕਾਊਂਟਰ ਹੁੰਦਾ ਆਬਾਦਪੁਰੇ ਵਿੱਚ। ਦੋ ਤੋਂ ਦੋ ਦੋ ਚਾਰ ਜਣੇ ਉੱਥੇ ਗ੍ਰਿਫਤਾਰ ਕੀਤੇ ਜਾਂਦੇ, ਦੋ ਜਣੇ ਪਹਿਲਾਂ ਗ੍ਰਿਫਤਾਰ ਕੀਤੇ ਜਾਂਦੇ ਨੇ, ਦੋ ਜਣੇ ਬਾਅਦ ਵਿੱਚ ਗ੍ਰਿਫਤਾਰ ਹੋਏ ਹੁੰਦੇ ਨੇ। ਕੀ ਕਹਾਣੀ ਹੈ, ਕੀ ਉੱਥੇ ਪਲੈਨਿੰਗ ਕੀਤੀ ਜਾ ਰਹੀ ਸੀ? ਮੇਰੇ ਨਾਲ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਹੈਗੇ ਨੇ। ਸਰ, ਚਾਰ ਜਣੇ ਆਬਾਦਪੁਰੇ ਗ੍ਰਿਫਤਾਰ ਕੀਤੇ ਜਾਂਦੇ, ਦੋ ਜਣੇ ਫੋਰਿੰਗ ਉੱਥੇ ਗ੍ਰਿਫਤਾਰ ਕੀਤੇ, ਦੋ ਜਣੇ ਭੱਜ ਜਾਂਦੇ ਨੇ, ਉਹਨਾਂ ਨੂੰ ਦੁਬਾਰਾ ਗ੍ਰਿਫਤਾਰ ਕੀਤਾ ਜਾਂਦਾ। ਕੀ ਪਲੈਨਿੰਗ ਸੀ ਇਹਨਾਂ ਦੀ? ਮਾਰੂ ਹਥਿਆਰ ਕਿੰਨੇ ਹੈਗੇ, ਕਿੰਨਾ ਗੋਲੀ ਸਿੱਕਾ ਹੈਗਾ? ਇਹ ਚਾਰ ਵਿਅਕਤੀ ਹੈ ਜੀ, ਇਹਨਾਂ ਵਿੱਚੋਂ ਇੱਕ ਜਿਹੜਾ ਚਿੰਟੂ ਹੈ, ਇਹ ਤਾਂ ਕਾਫੀ ਵਾਂਟਡ ਗੈਂਗਸਟਰ ਸੀਗਾ। ਇਹ ਇਨਵੋਲਵ ਸੀਗਾ ਸਾਡੇ ਇੱਕ ਥਾਣੇਦਾਰ ਸਾਹਿਬ ਦੀ ਕਤਲ ਹੋਇਆ ਸੀਗਾ ਹਵੇਲੀ 'ਚ, ਹਵੇਲੀ ਦੇ ਅੱਗੇ 2013 'ਚ, ਉਹਦੇ 'ਚ ਇਨਵੋਲਵ ਸੀਗਾ। ਨਾਲ ਇਹਦੇ ਤਿੰਨ ਹੋਰ ਵਿਅਕਤੀ ਹੈ ਜਿਹੜੇ ਇਹਦੇ ਗੈਂਗ ਮੈਂਬਰਸ ਹੈ, ਅਤੇ ਇਹ ਚਾਰੋਂ ਵਿਅਕਤੀ ਜਿਹੜੇ ਹੈ ਓਰਿਜਿਨਲ ਐਫੀਲੇਸ਼ਨ ਜਿਹੜੀ ਇਹਨਾਂ ਦੀ ਸੀਗੀ ਗੌਂਡਰ ਅਤੇ ਪ੍ਰੇਮਾ ਲਾਹੌਰੀਆ ਦੇ ਨਾਲ ਸੀਗੀ। ਪ੍ਰੇਮਾ ਲਾਹੌਰੀਆ ਜਲੰਧਰ ਦਾ ਰਹਿਣ ਵਾਲਾ ਸੀਗਾ, ਅਤੇ 34 ਪਰਚੇ ਦਰਜ ਹੈ ਇਹਨਾਂ 'ਤੇ, ਆਲਮੋਸਟ ਆਲ ਹੀਨੀਅਸ ਕ੍ਰਾਈਮ ਦੇ ਪਰਚੇ, ਜਿਹਦੇ ਵਿੱਚ ਮਰਡਰ, ਅਟੈਂਪਟ ਟੂ ਮਰਡਰ ਹੈ, ਹਾਈਵੇ ਡਿਕੋਇਟੀ ਹੈ, ਆਰਮਡ ਰੋਬਰੀ, ਐਕਸਟ੍ਰੋਸ਼ਨ, ਅਤੇ 6 ਵੈਪਨਸ, ਕੰਟਰੀ ਮੇਡ ਵੈਪਨਸ, 32 ਬੋਰ ਅਤੇ ਪਿਸਟਲ ਬਰਾਮਦ ਹੋਏ ਹੈ, ਜਿਹਦੇ ਨਾਲ ਉਹਨੂੰ ਫੜਨ, ਘੇਰਾ ਪਾ ਕੇ ਫੜਨ ਦੀ ਕੋਸ਼ਿਸ਼ ਕੀਤੀ, ਅਤੇ ਇਹਨਾਂ ਨੇ ਫਾਇਰਿੰਗ ਵੀ ਕੀਤੀ ਹੈ। ਇੱਕ ਵਿਅਕਤੀ ਜਿਹੜਾ ਹੈ ਉਹ ਭੱਜਦੇ ਭੱਜਦੇ ਉਹਦੀ ਲੱਤਾਂ ਟੁੱਟ ਗਈਆਂ, ਉਹ ਹੋਸਪਿਟਲ 'ਚ ਐਡਮਿਟ ਹੈ। ਅਤੇ ਇੰਪੋਰਟੈਂਟ ਗੱਲ ਇਹ ਕਿ ਇਹ ਰੈਕੀ ਕਰ ਚੁੱਕੇ ਸੀਗੇ ਦੋ ਵਿਅਕਤੀਆਂ ਨੂੰ, ਇਹਨਾਂ ਨੇ ਇਲੈਮੀਨੇਟ ਕਰਨਾ ਸੀ, ਅਤੇ ਇਹਨਾਂ ਦੀ ਗ੍ਰਿਫਤਾਰੀ ਤੋਂ ਉਹ ਚੀਜ਼ ਜਿਹੜੀ ਉਹ ਰੁਕ ਗਈ ਹੈ, ਉਹ ਬਚਾਅ ਹੋ ਗਿਆ।
ਇਹ ਸਾਜਨ ਦੇ ਘਰ ਦੇ ਵਿੱਚ ਠਹਿਰੇ ਸੀ, ਇਹ ਵੀ ਕਿਤੇ ਨਾ ਕਿਤੇ ਇੱਕ ਕ੍ਰਾਈਮ ਹੀ ਹੈਗਾ ਵਾ। ਔਰ ਪਰਟੀਕੁਲਰ ਚਾਰ ਜਾਣੇ ਹੀ ਹੈਗੇ ਆ ਜਾਂ ਹੋਰ ਗੈਂਗ ਗੈਂਗ ਹੈਗੇ? ਨਹੀਂ ਨਹੀਂ ਇਹਨਾਂ ਦੇ ਨਾਲ ਹੋਰ ਵੀ ਹੈ, ਜਿਵੇਂ ਜਿਵੇਂ ਇਨਵੈਸਟੀਗੇਸ਼ਨ ਅੱਗੇ ਵਧੂਗੀ ਤੁਹਾਨੂੰ ਦੱਸ ਦਿੱਤੇ। ਠੀਕ ਹੈ, ਧੰਨਵਾਦ ਦੈਨਿਕ ਸਵੇਰਾ ਟੀਵੀ ਨਾਲ ਗੱਲਬਾਤ ਕਰਨ ਲਈ। ਤਾਂ ਮੋਰੀ ਸਪੈਂਡਲੀ ਜਿਹੜੀ ਇਹ ਸਾਹਮਣੇ ਜਿਹੜੀ ਗੱਲਬਾਤ ਆਈ ਆ ਕਿ ਚਾਰ ਜਾਣੇ ਹੈਗੇ ਨੇ ਜਿਹੜੀ ਜਿਹਨਾਂ ਨੇ ਜਿਹੜੇ ਗ੍ਰਿਫਤਾਰ ਕੀਤੇ ਗਏ ਨੇ, ਔਰ ਕਿੰਨੇ ਹੋਰ ਜਾਣੇ ਇਸ ਗੈਂਗ ਨਾਲ ਸੰਬੰਧਿਤ, ਕਿਉਂਕਿ ਪ੍ਰੇਮਾ ਲਾਹੌਰੀਆ ਅਤੇ ਵਿੱਕੀ ਗੌਂਡਰ ਦਾ ਗੈਂਗ ਹੀ ਓਪਰੇਟ ਕਰਦੇ ਹੋਏ ਇਸ ਵੇਲੇ ਨਜ਼ਰ ਆਏ, ਜੋ ਪੁਲਿਸ ਕਮਿਸ਼ਨਰ ਹੋਣਾ ਨੇ ਦੱਸਿਆ, ਔਰ ਅੱਗੇ ਹੋਰ ਕਿੰਨੇ ਗ੍ਰਿਫਤਾਰ ਹੁੰਦੇ ਆਉਣ ਵਾਲਾ ਸਮਾਂ ਦੱਸੇਗਾ। कैमरामैन सुखिंदर नाल सुरेंद्र कंबोज, दैनिक सवेरा टीवी, जलंधर। देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब, फेसबुक, इंस्टाग्राम, एक्स और व्हाट्सएप चैनल पर।